ਕਹਿੰਦਾ ਇਹ ਖਤਰਾ ਹੁੰਦਾ ਉਹ 100 ਦੇ ਦਿੰਦਾ ਲੱਗਣ ਤਾਂ ਕੋਲ ਮੈਂ ਮਾਰ ਖਾ ਜਾ ਮੈਂ ਕਹਾਂ ਤੁਹਾਨੂੰ ਹੋਰ ਦੇ ਨਾਲ ਦੋ ਦੇ ਦਿੰਦਾ ਹੁਣ ਬੋਲ ਤੇਰੀ ਖੰਡੇਰੀ ਕਿਵੇਂ ਵਿਕਦੀ ਪਈ ਹੈ ਖੰਡੇਰੀ ਤੇ ਸਹੀ ਵਿਕਦੀ ਤੇ ਗੰਡੇਰੀ ਹੁਣ 120 ਵੇਚਦਾ ਪਿਆ ਅੱਛਾ ਤੇ ਗੰਡੇਰੀ ਕੱਟਦਾ ਕਿਸ ਤਰ੍ਹਾਂ ਅੱਛਾ ਅੱਛਾ ਤੇ ਇਹ ਤਾਂ ਇਹਦੇ ਨਾਲ ਛਿੱਲ ਕੇ ਉਹ ਖਾ ਕਿਵੇਂ ਛਿੱਲਦਾ ਉਹਨਾਂ ਅੱਛਾ ਤੇ ਗੰਨੇ ਨੂੰ ਸਾਫ ਵੀ ਕਰਦੇ ਜੇ ਅੱਛਾ ਅੱਛਾ ਤੇ ਪੂਰੇ ਦਿਨ ਕਿੰਨਾ ਕੁ ਵੇਚ ਲੈਂਦੇ ਜੇ ਅੱਗੇ ਤਾਂ ਵੇਚ ਲੈਂਦੇ ਸੀ 3-4 ਮਾਹ ਹੁਣ ਤਾਂ 2 ਮਾਹ ਨਹੀਂ ਵੇਖਦਾ ਅੱਛਾ ਇਹਦੇ ਕੀ ਹੈਗਾ ਕਿਉਂ ਨਹੀਂ ਵੇਖ ਰਿਹਾ ਮਹਿੰਗਾਈ ਬੜੀ ਹੈ ਗੰਨਾ ਬਹੁਤ ਮਹਿੰਗਾ ਹੈਗਾ ਰੇਟ ਥੋੜ੍ਹਾ ਜਿਹਾ ਜ਼ਿਆਦਾ ਵਾ ਅੱਛਾ ਇਸ ਰੇਟ 'ਤੇ ਗੰਡੇਰੀ ਗਾਹਕ ਮਹਿੰਗੀ ਲੈਂਦਾ ਨਹੀਂ ਹੋਣਾ ਉਹ ਸਸਤੀ ਲੈਂਦਾ ਅੱਛਾ ਅਸੀਂ ਵੇਚੀਏ ਸਸਤੀ ਤਾਂ ਸਾਨੂੰ ਕੁਛ ਬਚਦਾ ਨਹੀਂ ਅੱਛਾ ਅੱਛਾ ਅਤੇ ਗਾਹਕ ਗੱਲਾਂ ਤਾਂ ਕਰਦੇ ਹੋਣੇ ਇੰਨੀ ਮਹਿੰਗੀ ਕਿਉਂ ਲਾਈ ਹੋਈ ਗਾਹਕ ਤਾਂ ਬਹੁਤ ਗੱਲਾਂ ਕਰਦਾ ਕਹਿੰਦਾ ਬਹੁਤ ਮਹਿੰਗੀ ਆ ਅੱਛਾ 100 ਰੁਪਏ ਕਿਲੋ ਲਾਓ ਸੌ ਤਾਂ ਫਿਰ ਤੁਸੀਂ 90 ਰੁਪਏ ਆਪ ਨੂੰ ਕਹਿ ਦਿੰਦੇ 90 ਅੱਛਾ ਸਹੀ ਹਾਂ ਅਤੇ ਗੰਨਾ ਕਿੱਥੋਂ ਲਿਆਉਂਦੇ ਜੇ ਮੰਡੀ 'ਚੋਂ ਲਿਆਉਂਦੇ ਜਾਂ ਕੋਈ ਦੇ ਜਾਂਦਾ ਤੁਹਾਨੂੰ ਬੇਈਮਾਨੀ ਕਰਦੇ ਨੇ ਫਿਰ ਵਿੱਚ ਅੱਛਾ ਤੇ ਫਿਰ ਤੁਸੀਂ ਉਹਨੂੰ ਆਖੋ ਨਾ ਕਾਣਾ ਕਿਉਂ ਆ ਰਿਹਾ ਗੰਨਾ ਤਾਂ ਬਰੀਕ ਕਿਉਂ ਦਿੰਦੇ ਅੱਛਾ ਬਹੁਤ ਸੋਹਣਾ ਛਿੱਲਿਆ ਜਾ ਹੁਣ ਕੱਟ ਕੇ ਉਹ ਖਾਓ ਅੱਛਾ ਹਾਂ ਕੱਟ ਰਹੇ ਇਹ ਤਾਂ ਬੜੀ ਸਪੀਡ ਨਾਲ ਕੱਟ ਰਹੇ ਜੇ ਤੁਸੀਂ ਤਾਂ ਟ੍ਰੇਨ ਹੋ ਗਏ ਜੇ ਅੱਛਾ ਮਿਹਨਤ ਕਰਨਾ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਏਗਾ ਪਸੰਦ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਭਾਈ ਕਿਹੜਾ ਹੈਗਾ ਗੰਡੇਰੀ ਲਾਉਂਦਾ ਹੈਗਾ ਅਤੇ ਬਹੁਤ ਮਿਹਨਤ ਕਰ ਰਿਹਾ ਹੈਗਾ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੁਹਾਡੀ ਮਿਹਰਬਾਨੀ ਹੈ ਭਾਈ ਦੀ ਵੀਡੀਓ ਵੀ ਅੱਜ ਤੱਕ ਸ਼ੇਅਰ ਕਰੇ ਤਾਂ ਕਿ ਇਹਦੀ ਗੰਡੇਰੀ ਜ਼ਿਆਦਾ ਤੋਂ ਜ਼ਿਆਦਾ ਵਿਕੇ ਅੱਲਾ ਹਾਫਿਜ਼